ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਦਾ ਤਮਾਮ ਸੱਜਣਾ ਬੇਲੀਆਂ ਖਿਦਮਤ ਪਰ ਮੇਰਾ ਅਸਲਾਮ ਅਲੈਕਮ। ਅੱਜ ਕੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੁਣ ਤਮਾਮ ਉਨ ਵੀਅਰਸ ਕੋ ਸਬਸਕ੍ਰਾਈਬਰ ਕੋ ਸ਼ੁਕਰੀਆ ਅਦਾ ਕਰਨਾ ਚਾਹੂੰ ਜਿਨ੍ਹਾਂ ਨੇ ਯੂਟਿਊਬ ਚੈਨਲ ਪਰ ਵਿਜ਼ਿਟ ਕੀ, ਜਿਹੜੇ ਮੇਰਾ ਯੂਟਿਊਬ ਚੈਨਲ ਦਾ ਵੀਡੀਓ ਦੇਖਦਾ ਰਿਹਾ ਔਰ ਹੁਣ ਤੋੜੀ ਕੋਈ 1 ਕਰੋੜ ਤੋਂ ਵੱਧ ਵੀਅਰਸ ਨੇ ਮੇਰਾ ਵੀਡੀਓ ਦੇਖ ਲਈ ਹੈ। ਜਾਂ ਯੂਟਿਊਬ ਕੀ ਰਿਪੋਰਟ ਹੈ, 8 ਦਸੰਬਰ 2020 ਨਾ ਮੈਂ ਇਹ ਚੈਨਲ ਸ਼ੁਰੂ ਕੀ, ਉੱਥੋਂ ਹੱਸਦਾ ਖੇਡਦਾ ਕਿ ਚਲੋ ਕੁਝ ਨਾ ਕੁਝ ਕਰਤਾ ਰਹੀਏ ਔਰ ਖਾਸ ਕਰ ਜਿਸ ਜ਼ਬਾਨ ਕੇ ਨਾਲ ਹੁਣ ਜੁੜੇ ਰਹੋ ਉਸੇ ਜ਼ਬਾਨ ਕੀ ਤਰੱਕੀ ਵਾਸਤੇ ਮੈਂ ਇਹ ਚੈਨਲ ਸ਼ੁਰੂ ਕੀ ਉੱਥੋਂ। ਬਹਰਹਾਲ ਹੁਣ ਤਮਾਮ ਵੀਅਰਸ ਕੋ ਅਤੇ ਸਬਸਕ੍ਰਾਈਬਰ ਕੋ ਸ਼ੁਕਰੀਆ ਅਦਾ ਕਰੂੰ ਜਿਨ੍ਹਾਂ ਨੇ ਇਸ ਪਿਛਲਾ 3.5 ਸਾਲ ਮਾ ਮੇਰਾ ਚੈਨਲ ਨਾ ਦੇਖਿਓ, ਸਬਸਕ੍ਰਾਈਬ ਕੀ ਹੋ ਔਰ ਮੇਰਾ ਹੌਸਲਾ ਵਧਾਇਆ। ਉਮੀਦ ਰੱਖੂ ਕਿ ਇਸੇ ਤਰੀਕਾ ਦੇ ਨਾਲ ਤੁਮ ਅੱਗੇ ਵੀ ਮੇਰਾ ਹੌਸਲਾ ਵਧਾਤਾ ਰਹੇਗਾ। ਉਹ ਵੀ ਜਾਂ ਕੋਸ਼ਿਸ਼ ਕਰਦੇ ਰਹੋਗੋ ਕਿ ਵੀਡੀਓਜ਼ ਕੇ ਜ਼ਰੀਏ ਤੁਹਾਰੇ ਨਾਲ ਮੁਲਾਕਾਤ ਹੋਤੀ ਰਹੇ ਔਰ ਨਵੀਂ ਤੋਂ ਨਵੀਂ ਚੀਜ਼ ਜਿਹੜੀ ਹੈ ਇਸ ਚੈਨਲ ਪਰ ਸ਼ਾਮਿਲ ਕੀ ਜਾਏ। ਲੋਕ ਗੀਤ, ਬੈਥ, ਇੰਟਰਵਿਊਸ, ਡਰਾਮਾ ਔਰ ਬਾਕੀ ਜਿਹੜਾ ਤਾਰੀਖੀ ਲੋਕ ਬਾਰ ਵਗੈਰਾ ਉਨਕਾ ਵੀਡੀਓ ਇਸ ਚੈਨਲ ਕੇ ਉੱਪਰ ਅਪਲੋਡ ਕੀਆ ਗਿਆ। ਇਸਕੇ ਇਲਾਵਾ ਹਦੀਸ ਪਾਕ, ਕੁਰਾਨੇ ਕਰੀਮ ਕੋ ਗੋਜਰੀ ਤਰਜਮੂ ਔਰ ਸਿਰਫ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੀ 5 ਕਿਸਤ ਹੁਣ ਤੋੜੀ ਇਸ ਚੈਨਲ ਪਰ ਅਪਲੋਡ ਹੋ ਚੁੱਕੀ ਹੈ। ਜੋ ਕਹਾਣੀ ਕਿੱਸਾ ਕੋ ਇੱਕ ਨਵੋਂ ਸਿਲਸਿਲੋ ਸ਼ੁਰੂ ਕੀ ਹੋਇਆ ਜਿਸ ਕੀ 5 ਕਿਸਤ ਹਮ ਦੇਖ ਚੁੱਕੇ ਔਰ ਨਾਲ ਨਾਲ ਕੁਝ ਇਲਾਕਿਆਂ ਦੀ ਕੁਝ ਖੂਬਸੂਰਤ ਜਗ੍ਹਾ ਦੀ ਉਤਾਰਨਾ ਸੈਰ ਵੀ ਕਰਾਤੋ ਰਹੂੰ ਜਿਹੜੇ ਵਿਲਾਗਤ ਵੀਡੀਓ ਵੀ ਇਸ ਮਾ ਸ਼ਾਮਿਲ ਹੈ। ਜ਼ਬਾਨ ਬੋਲ ਰਹੀ ਹੈ, ਉਮੀਦ ਹੈ ਕਿ ਤੁਮ ਮੇਰਾ ਅਸਲ ਬਤਾਵੇਗਾ ਔਰ ਅੱਜ ਕਾ ਵੀਡੀਓ ਕੀ ਸ਼ੁਰੂਆਤ ਕਰਾਂ। ਹੂੰ ਹਸਨ ਪਰਵਾਸ, ਸੱਚਾ ਕਹਾਣੀ ਕਿੱਸਾ ਵੀ ਅੱਜ ਕੇ ਐਪੀਸੋਡ ਲਏ ਗਏ। ਚੈਨਲ ਸਬਸਕ੍ਰਾਈਬ ਕਰੀਓ ਔਰ ਦੋਸਤਾਂ ਬੇਲੀਆਂ ਮੈਂ ਇਸ ਨੂੰ ਸ਼ੇਅਰ ਵੀ ਕਰੀਓ। ਅੱਜ ਕੇ ਇਸ ਵੀਡੀਓ ਕੀ ਸ਼ੁਰੂਆਤ ਹਮ ਕਰ ਰਹੇ ਹਾਂ ਹਜ਼ਰਤ ਸ਼ੇਖ ਬੂ ਅਲੀ ਸੀਨਾ ਦਾ ਇੱਕ ਕਿੱਸਾ। ਇੱਕ ਵਾਰੀ ਹਜ਼ਰਤ ਸ਼ੇਖ ਬੂ ਅਲੀ ਸੀਨਾ ਹਜ਼ਰਤ ਅਬੂ ਅਲ ਹਸਨ ਖਰਕਾਨੀ ਰਹਿਮਤੁਲਾਹ ਅਲੈਹ ਨਾ ਮਿਲਣ ਵਾਸਤੇ ਗਿਆ। ਅਜਤ ਸ਼ੇਖ ਉਸ ਵੇਲੇ ਕਿਤੇ ਬਾਹਰ ਤਸ਼ਰੀਫ ਲੈ ਗਿਆ ਵਾ ਥਾ। ਆਪਨੇ ਉਨਕੀ ਟਬਰੀ ਨੇ ਪੁੱਛਿਓ ਸ਼ੇਖ ਔਰ ਕਿਤੇ, ਜਵਾਬ ਲਗੋ ਉਸ ਮਲਹਦ ਕੋ ਕੀ ਪੁੱਛੇ ਕਿ ਕੀਆਂ ਗਿਓ ਹੈ ਜੀ। ਗੱਲ ਸੁਣ ਗਏ ਸ਼ੇਖ ਬੋਲੀ ਸੀਨਾ ਸਖਤ ਹੈਰਾਨ ਹੋਇਆ ਤਾਂ ਫਟਕ ਬਾਹਰ ਨਿਕਲ ਗਿਆ। ਜੰਗਲ ਮਾ ਪੁੱਛ ਕੇ ਦੇਖਿਓ ਕਿ ਸ਼ੇਖ ਬੜਾ ਸ਼ੇਰਵਰ ਸਵਾਰ ਤਾਂ ਕੁਝ ਪਾਲ ਲੱਦੇ ਉਹ ਤਸ਼ਰੀਫ ਲੈ ਰਹੇ ਹਨ। ਸ਼ੇਖ ਬੂ ਅਲੀ ਸੀਨਾ ਨੇ ਕਿਹਾ ਹਜ਼ਰਤ ਜੋ ਕੀ ਹਾਲ ਹੈ। ਫਰਮਾਇਓ ਹਮ ਕਾਲ ਸੀ ਕਿ ਸੜੀ ਫੱਟੀ ਗੱਲਾਂ ਕੋ ਪਾਰ ਕਦੇ ਨਹੀਂ ਚਾਹਾਂਗਾ ਤਾਂ ਸ਼ੇਰ ਮਾਰੋ ਪਾਰ ਕਿਸਰਾ ਚਾਹ ਸਕੇ। ਅਗਲੋ ਕਿਸੋ ਸ਼ਾਮਿਲ ਕਰਾਂ ਕਿ ਹਜ਼ਰਤ ਇਮਾਮ ਗਜ਼ਾਲੀ ਰਹਿਮਤੁਲਾਹ ਅਲੈਹ ਦਾ ਨਿੱਕਾ ਭਾਈ ਅਹਿਮਦ ਗਜ਼ਾਲੀ ਰਹਿਮਤੁਲਾਹ ਅਲੈਹ ਕਦੇ ਵੀ ਆਪਣਾ ਭਾਈ ਕੇ ਪਿੱਛੇ ਨਮਾਜ਼ ਨਹੀਂ ਪੜ੍ਹੇ ਹੋਏ ਥਾ। ਇੱਕ ਤੜਾ ਇਮਾਮ ਸਾਹਿਬ ਨੇ ਆਪਣੀ ਮਾਈ ਸਾਹਿਬਾਂ ਅੱਗੇ ਸ਼ਿਕਾਇਤ ਲਾਈ। ਮਾਈ ਸਾਹਿਬਾਂ ਨੇ ਅਹਿਮਦ ਗਜ਼ਾਲੀ ਰਹਿਮਤੁਲਾਹ ਅਲੈਹ ਨਾਲ ਬੁਲਾਇਓ ਅਤੇ ਸਮਝਾਇਓ ਅਤੇ ਫਿਰ ਫਰਮਾਇਓ ਕਿ ਆਪਣੇ ਬੜਾ ਭਾਈ ਕੋ ਅਦਬ ਕਰਿਆ ਕਰ। ਅਹਿਮਦ ਗਜ਼ਾਲੀ ਰਹਿਮਤੁਲਾਹ ਅਲੈਹ ਨੇ ਅਰਜ਼ ਕੀ ਠੀਕ ਹੈ। ਅਗਲੇ ਤੜੇ ਸਵੇਰ ਕੀ ਨਮਾਜ਼ ਮੈਂ ਜਾ ਸ਼ਾਮਿਲ ਹੋਇਆ ਪਰ ਇੱਕ ਹੀ ਰਕਾਤ ਕੇ ਬਾਅਦ ਨੀਅਤ ਤੋੜ ਕੇ ਕੰਨੀ ਹੋ ਗਿਆ। ਇਮਾਮ ਸਾਹਿਬ ਨਾਲ ਜਾਂ ਗੱਲ ਬੜੀ ਮੰਦੀ ਲੱਗੀ ਤਾਂ ਉਹਨਾਂ ਨੇ ਫਿਰ ਆਪਣੀ ਮਾਈ ਸਾਹਿਬ ਅੱਗੇ ਜਾ ਸ਼ਿਕਾਇਤ ਲਾਈ ਜਿਨ੍ਹਾਂ ਨੇ ਬੁਲਾ ਕੇ ਸਾਰੋ ਹਾਲ ਦਰਿਆਫਤ ਕੀ ਅਤੇ ਅਹਿਮਦ ਗਜ਼ਾਲੀ ਰਹਿਮਤੁਲਾਹ ਅਲੈਹ ਨੇ ਜਵਾਬ ਦਿੱਤੋ ਜਦ ਤੋੜੀ ਭਾਈ ਔਰ ਨਮਾਜ਼ ਮਾਂ ਪੂਰੀ ਤਰ੍ਹਾਂ ਲੱਗਾ ਵਾ ਥਾ ਜਾਣੀ ਉਨਕੋ ਪੂਰੋ ਧਿਆਨ ਨਮਾਜ਼ ਮਾਂ ਥੋ ਤਾਂ ਉਹਨਾਂ ਕੇ ਪਿੱਛੇ ਖੜੋ ਰਿਹੋ ਜਿਸ ਲਈ ਵੀ ਆਪਣਾ ਨਫ਼ਾ ਨੁਕਸਾਨ ਕੇ ਬਾਰੇ ਸੋਚਣ ਲੱਗ ਗਿਆ ਤਾਂ ਮੈਂ ਉਹਨਾਂ ਦੀ ਤੋੜ ਕੇ ਕੰਨੀ ਹੋ ਗਿਆ।
ਵਾਲਦਾ ਮੋਹਤਰਮ ਨੇ ਜੋ ਸਮਝਿਆ ਫਰਮਾਇਓ ਤਮ ਦੋਏ ਨਾ ਲਾਇਕ ਨਮਾਜ਼ ਮਾ ਕਦੇ ਅੱਲਾਹ ਕੀ ਤਰਫ ਪੂਰਾ ਰਜੂ ਨਹੀਂ ਵੈਗੋ ਤਾਂ ਵਾ ਨਮਾਜ਼ ਕਿਸ ਕੰਮ ਗਈ ਯਾਨੀ ਇੱਕ ਹੀ ਗੱਲ ਨਾਲ ਦੋਵਾਂ ਪੁੱਤਾਂ ਨੇ ਸਮਝਾ ਛੱਡ ਇੱਕ ਹੋਰ ਕਿੱਸੋ ਅੱਜ ਇਸ ਵੀਡੀਓ ਨੂੰ ਸ਼ਾਮਿਲ ਕਰਾਂਗੇ ਇੱਕ ਤੁਹਾਡਾ ਹਜ਼ਰਤ ਖਵਾਜਾ ਫੈਸਲ ਬਿਨ ਅਯਾਜ਼ ਰਹਿਮਤੁਲਾਲ ਹੈ ਆਪਣਾ ਗਿਦਰਾ ਨਾ ਝੋਲੀ ਮੈਂ ਲੈ ਗਿਆ ਪਿਆਰ ਕਰ ਰਿਹਾ ਥਾ ਮਾਸੂਮ ਬੱਚਾ ਨੇ ਕਿਹਾ ਅੱਬਾ ਤਮਨੋ ਪਿਆਰੋ ਲੱਗੋ ਉਹਨਾਂ ਨੇ ਜਵਾਬ ਦਿੱਤੋ ਹਾਂ ਫਿਰ ਗਿਦਰਾ ਨੇ ਪੁੱਛਿਓ ਕਿ ਅੱਲਾਹ ਤਾਲਾ ਵੀ ਤਮਨਾ ਪਿਆਰੋ ਲੱਗਿਆ ਅਤੇ ਤਮ ਉਸ ਨਾਲ ਦੋਸਤ ਸਮਝੇ ਆਪਨੇ ਫਰਮਾਇਓ ਹਾਂ ਤਦ ਲੜਕਾ ਨੇ ਕਿਹਾ ਅੱਬਾ ਜਾਨ ਇੱਕ ਦਿਲ ਮਾ ਦੋ ਮਹਿਬੂਬ ਨਹੀਂ ਰਹਿ ਸਕਦਾ ਜੋ ਸੁਣ ਗਏ ਆਪ ਸਖਤ ਪਰੇਸ਼ਾਨ ਹੋਇਆ ਤਾਂ ਗੈਰਤ ਨੇ ਜੋਸ਼ ਦਿੱਤੋ ਤਾਂ ਫਟੋਫਟ ਗਿਦਰਾ ਨਾਲ ਝੋਲੀ ਵਿੱਚੋਂ ਲਾ ਗਏ ਅਤੇ ਆਬਾਦਤ ਅਲਾਈ ਮਾਂ ਇਸਰਾ ਮਸਰੂਫ ਹੋ ਗਿਆ ਕਿ ਫਿਰ ਔਲਾਦ ਨੂੰ ਮੁੜ ਗਿਆ ਨਹੀਂ ਥੱਕਿਆ ਅਗਲੋ ਕਿਸਵਾ ਕਿ ਇੱਕ ਰੋਜ਼ ਹਜ਼ਰਤ ਸਰੀ ਸਖਤੀ ਰਹਿਮਤੁਲਾਲ ਹੈ ਵਾਸ ਫਰਮਾ ਰਿਹਾ ਥਾ ਸਬਰ ਕੋ ਬਿਆਨ ਥੋ ਇਤਨਾ ਮਾਂ ਇੱਕ ਬਿੱਚੂ ਨੇ ਕਈ ਡੰਗ ਮਾਰਿਆ ਸ਼ਾਇਦ ਬੋਨ ਕਾ ਕੱਪੜਾ ਮਾਂ ਚੜ੍ਹੇ ਹੋ ਥੋ ਵਾਜ ਮਕਾ ਗਿਆ ਆਪਣੇ ਉਸ ਬਿੱਛੂ ਨਾ ਮਾਰਿਓ ਰਾਜਰੀਨ ਵਿੱਚੋਂ ਕਿਸੇ ਇੱਕ ਨੇ ਅਰਜ਼ ਕੀ ਹਜ਼ਰਤ ਜਿਸ ਵੇਲੇ ਇਸ ਬਿੱਛੂ ਨੇ ਡੰਗ ਮਾਰਿਓ ਥੋ ਤਬ ਨੇ ਉਸੇ ਵੇਲੇ ਬਿੱਛੂ ਨੇ ਤਿਉਂ ਨਹੀਂ ਹਟਾ ਛੋੜਿਆ ਫਰਮਾਇਓ ਮੂੰਹ ਸਬਰ ਦੇ ਬਾਰੇ ਅਹਿਬਾਸ ਕਰ ਰਿਹਾ ਥੋ ਮੈਨੂੰ ਸ਼ਰਮ ਆਈ ਕਿ ਲੋਕਾਂ ਨੂੰ ਸਬਰ ਕੋ ਸਬਕ ਦੇ ਰਹੇ ਵਾਂ ਅਤੇ ਖੁਦ ਉਸ ਪਰ ਅਮਲ ਨਾ ਕਰੋ ਸੁਭਾਨ ਅੱਲਾਹ ਕਿ ਜਿਹੜੀ ਗੱਲ ਤਾਂ ਦੂਜਾ ਨਾਲ ਸਮਝਾਉਣਾ ਚਾਹਵੇ ਪਹਿਲਾਂ ਉਸ ਉੱਪਰ ਖੁਦ ਅਮਲ ਕਰਨੋ ਹੈ ਕਿਵੇਂ ਸ਼ਮਾ ਮੋਮਬੱਤੀ ਦੀਓ ਖੁਦ ਆਪਣਾ ਆਪਣਾ ਸਾੜੇ ਅਤੇ ਦੂਜਾ ਨਾਲ ਲੋਹ ਦੇ ਤਾਂ ਉਸ ਲੋਕ ਅਸਰ ਵੀ ਪਏ ਅੱਜ ਕੱਲ੍ਹ ਵੀਡੀਓ ਮੈਂ ਇੱਕ ਹੋਰ ਕਿਸੋ ਸ਼ਾਮਿਲ ਕਰ ਗਏ ਇਸ ਵੀਡੀਓ ਨੂੰ ਮਕਾਵਾਂ ਕਿਉਂਕਿ ਵੀਡੀਓ ਲਮੇਰੋ ਹੋ ਜਾਏ ਤਾਂ ਫਿਰ ਤਾਂ ਪੂਰਾ ਵੀਡੀਓ ਨਹੀਂ ਦੇਖਦਾ ਜਿਸ ਕਾਰਨ ਗੱਲ ਪੂਰੀ ਤਰ੍ਹਾਂ ਥਾਰਾ ਤੋੜੀ ਨਹੀਂ ਪਹੁੰਚ ਸਕਦੀ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨੂੰ ਪੂਰਾ ਦੇਖੋ ਤਾਂ ਕਿ ਸਾਰੀ ਗੱਲ ਥਾਰਾ ਤੋੜੀ ਪਹੁੰਚ ਸਕੇ ਮਲਕ ਸਾਲਿਹ ਸ਼ਾਹ ਬਾਦਸ਼ਾਹ ਉਹ ਸ਼ਾਮ ਵੇਲੇ ਇੱਕ ਮਾਮੂਲ ਤੋਂ ਜਿਹਨੇ ਆਦਤ ਸੀ ਜੇ ਰਾਤ ਇੱਕ ਗੁਲਾਮ ਨਾ ਆਪਣੇ ਸੰਗ ਲੈ ਕੇ ਮਸੀਤਾਂ ਮਕਬਰਾਂ ਅਤੇ ਮਜ਼ਾਰਾਂ ਉਹ ਫੇਰੋ ਲਾਤਾ ਰਹੇ ਥਾ ਤਾਂ ਉਹ ਹਾਲ ਪੁੱਛਦਾ ਰਹੇ ਥਾ ਇੱਕ ਰਾਤ ਸਿਆਲ ਦਾ ਮੌਸਮ ਆ ਗਸ਼ਤ ਕਰਤਾ ਵਾਂ ਇੱਕ ਮਸੀਤ ਮਾਂ ਪੁੱਜਿਆ ਦੇਖਿਓ ਇੱਕ ਦਰਵੇਸ਼ ਨੰਗ ਮਨੰਗੂ ਹੈ ਅਤੇ ਠੰਡ ਨਾਲ ਕੰਮ ਰਹੇ ਹੋ ਅਤੇ ਕਹਿ ਰਹੇ ਹੋਏ ਯਾ ਅੱਲਾ ਦੁਨੀਆ ਕਾ ਬਾਦਸ਼ਾਹ ਤੇਰੀ ਦਿੱਤੀ ਵੀ ਨਹਿਮਤ ਨਾ ਆਪਣਾ ਨਫਸ ਪਰ ਅਤੇ ਲਜ਼ਤ ਪਰ ਬਰਬਾਦ ਕਰਤਾ ਰਹੇ ਮੁਹਤਾਜਾਂ ਅਤੇ ਜ਼ਈਫਾਂ ਦੀ ਹਾਲਤ ਕੋ ਉਹਨਾਂ ਨਾਲ ਕੋਈ ਪਤਾ ਨਹੀਂ ਹੈ ਪੂਰੀ ਤਰ੍ਹਾਂ ਗਾਫਲ ਰਹੇ ਕਦੇ ਵੀ ਕਿਆਮਤ ਕੇ ਤਿਹੜਾ ਜੰਨਤ ਮਾਂ ਗਿਆ ਤਾਂ ਤੇਰੀ ਇੱਜ਼ਤ ਤੋਂ ਜਲਾਲ ਕੀ ਕਸਮ ਮੂੰਹ ਕਦਮ ਨਹੀਂ ਰੱਖੂੰਗਾ ਮਲਕ ਸਾਲਿਆ ਜਾਂ ਗੱਲ ਸੁਣ ਗਏ ਅੱਗੇ ਵਧਿਆ ਅਤੇ ਦਿਨਾਰਾਂ ਦੀ ਭਰੀ ਵੀ ਗੁੱਥੀ ਅੱਗੇ ਰੱਖੇ ਰੋਤਾ ਮਾਂ ਕਿਉਂ ਮੈਂ ਸੁਣਿਓ ਕਿ ਦਰਵੇਸ਼ ਜੰਨਤ ਕਾ ਬਾਦਸ਼ਾਹ ਬਣੇਗਾ ਅੱਜ ਹੂੰ ਬਾਦਸ਼ਾਹ ਅਤੇ ਸਲਾਹ ਵਾਸਤੇ ਥਾਰਾ ਕੋਲ ਆਇਓ ਕਿਉਂ ਜੇ ਬਾਲਕ ਤਮ ਬਾਦਸ਼ਾਹ ਵੇਂਗਾ ਅਜਰਾ ਕਰਮ ਉਸ ਤੜਾ ਮਾਰਾ ਨਾਲ ਦੁਸ਼ਮਣੀ ਨਾ ਕਰੀਓ ਅਤੇ ਅਨਾਇਤ ਅਤੇ ਮਿਹਰਬਾਨੀ ਨਾਲ ਪੇਸ਼ ਆਇਓ ਹੂੰ ਉਹਨ ਬਾਦਸ਼ਾਹਾਂ ਵਿੱਚੋਂ ਨਹੀਂ ਹਾਂ ਜਿਹੜਾ ਗਰੀਬਾਂ 'ਤੇ ਮੂੰਹ ਫੇਰ ਲਏ ਅੱਜ ਕੀ ਕਿਸਮਾਂ ਬਸ ਇਤਨੂੰ ਫਿਰ ਮਿਲਾਂਗਾ ਇੱਕ ਨਵਾਂ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੀਓ ਦੋਸਤਾਂ ਨਾਲ ਸ਼ੇਅਰ ਵੀ ਕਰੀਓ ਥਾਰਾ ਬਹੁਤ ਬਹੁਤ ਸ਼ੁਕਰੀਆ